राजा अपने पे कहानी तो निकल चुके हैं और रामपुरे वाल जा रहे हैं। ਹੋਰ ਸਿੰਗਰ ਸਾਹਿਬ ਕਿਵੇਂ ਪਹੁੰਚੇ ਅੱਜ? ਬਸ ਵਧੀਆ ਜੀ, ਅਸੀਂ ਆਖਿਆ ਜਿੱਤ ਗਏ ਮੰਤਰੀ ਸਾਹਿਬ ਨੂੰ ਮਿਲਿਆ ਜੀ। ਅੱਛਾ ਅੱਛਾ, ਹੋਰ ਠੀਕ ਠਾਕ ਹੈ? ਕਿਵੇਂ ਚੱਲਦਾ? ਵਧੀਆ, ਸਭ ਵਧੀਆ ਠੀਕ ਠਾਕ ਹੈ ਜੀ। ਤੁਹਾਡੇ ਦੱਸੋ, ਠੀਕ ਹੈ? ਕੋਈ ਲੱਗਿਆ ਪ੍ਰੋਗਰਾਮ ਤੁਹਾਡਾ? ਹਾਂਜੀ, ਪ੍ਰੋਗਰਾਮ ਚੱਲੀ ਜਾਂਦੇ ਆ। ਅੱਛਾ ਅੱਛਾ, ਠੀਕ ਹੈ। ਮੈਂ ਵੀ ਸੋਚਦਾ ਸੀ ਯਾਰ, ਮੈਂ ਹੁਣ ਵੀ ਧੰਨਵਾਦੀ ਦੌਰੇ 'ਤੇ ਜਾਵਾਂਗੇ, ਅਤੇ ਮੈਂ ਸੋਚਿਆ ਵੀ ਤੁਹਾਡਾ ਪ੍ਰੋਗਰਾਮ ਹੀ ਕਰਵਾ ਲਈਏ। ਹਾਂਜੀ ਹਾਂਜੀ, ਜ਼ਰੂਰ ਮੌਕਾ ਦਿਓ ਜੀ। ਅੱਛਾ ਚੱਲ, ਕੋਈ ਗੱਲ ਨਹੀਂ, ਮੈਂ ਕਰਦਾ ਵੀ ਇਹਨਾਂ ਗੱਲ 'ਤੇ ਫਿਰ ਤੇਰਾ ਕੋਈ ਬਣਾਉਂਦੇ ਹਾਂ ਪ੍ਰੋਗਰਾਮ। ਹਾਂਜੀ ਹਾਂਜੀ, ਜ਼ਰੂਰ, ਕੋਈ ਚੱਕਰ ਨਹੀਂ। ਉਹ ਕਿਹੜਾ ਸਵੇਰੇ ਸਵੇਰੇ ਲਓ ਪੀ ਰਿਹਾ? ਮੈਂ ਰੋਕੋ। ਹੈਲੋ, ਜੈ ਹਿੰਦ ਸਰ। ਜੈ ਹਿੰਦ। ਰਾਜਾ ਟਰੇਸ ਹੋ ਗਿਆ ਸਰ, ਰਾਮਪੁਰੇ ਵੱਲ ਨੂੰ ਜਾ ਰਿਹਾ। ਰਾਮਪੁਰੇ ਵੱਲ? ਤੂੰ ਤਾਂ ਕਹਿ ਰਿਹਾ ਸੀ ਉਹ ਮੌਕੇ ਜਾਊਗਾ। ਸਰ ਮੈਨੂੰ ਲੱਗਦਾ ਰਾਜਾ ਆਪਣੇ ਪੁਰਾਣੇ ਮਿੱਤਰ ਮੁਖਤਿਆਰ ਕੋਲ ਜਾ ਰਿਹਾ ਰਾਮਪੁਰੇ, ਉੱਥੋਂ ਅਸਲਾ ਲੈ ਕੇ ਸਿੱਧਾ ਮੋਗੇ ਨੂੰ ਨਿਕਲ ਜੂਗਾ। ਉਹ ਤਾਂ ਹਰਿਆਣੇ ਦਾ ਬਾਰਡਰ ਟੱਪ ਰਿਹਾ, ਕੀ ਪਲਾਨ ਆ ਗਿਦਰਾ? ਸਰ ਰਾਜਾ ਅਸਲਾ ਲੈਣ ਜਾ ਰਿਹਾ, ਮਤਲਬ ਅਸਲਾ ਉਹਦੇ ਕੋਲੇ ਘੱਟ ਹੈ, ਇਹੀ ਮੌਕਾ ਸਰ, ਹੁਣ ਆਪਾਂ ਨੂੰ ਰਾਹ 'ਚ ਘੇਰ ਕੇ ਅਰੈਸਟ ਕਰ ਸਕਦੇ ਹਾਂ। ਅਰੈਸਟ? ਤੈਨੂੰ ਅਰੈਸਟ ਕਰਨ ਲਈ ਭੇਜਿਆ ਮੈਂ ਉੱਥੇ? ਇਨਕਾਊਂਟਰ ਕਰਨਾ ਲਾ, ਇਨਕਾਊਂਟਰ। ਇਨਕਾਊਂਟਰ? ਸਰ ਹੋ ਸਕਦਾ ਅਗਲਾ ਸਰੈਂਡਰ ਕਰਦੇ ਆ, ਆਪਾਂ ਐਵੇਂ ਕਿਵੇਂ ਕਿਸੇ ਦਾ ਇਨਕਾਊਂਟਰ ਕਰ ਸਕਦੇ ਹਾਂ? ਤੁਹਾਨੂੰ ਥਾਣੇ 'ਚ ਜਾ ਕੇ ਸਿੱਧਾ ਫੋਰਸ 'ਚ ਕੀ ਭਰਤੀ ਕਰਤਾ? ਤੁਹਾਨੂੰ ਗੱਲਾਂ ਆਉਣ ਲੱਗ ਗਈਆਂ ਹੁਣ, ਇਨਕਾਊਂਟਰ ਕਰਨਾ ਉਹਦਾ ਇਨਕਾਊਂਟਰ, ਆ ਗਈ ਗੱਲ ਸਮਝ 'ਚ? ਨਹੀਂ ਜੀ ਸਰ। ਜੈ ਹਿੰਦ ਸਰ। ਲੈ ਵੀ ਰਾਜੇ, ਤੂੰ ਤਾਂ ਗਿਆ ਹੁਣ। ਠੀਕ ਹੈ, ਗੱਡੀ ਸਾਈਡ 'ਤੇ ਕਰ। ਜੋ ਪੁਲਿਸ ਕਰਮੀ ਘਾਇਲ ਹੋਏ ਥੇ, ਉਨਕਾ ਪਿਸਟਲ ਛੀਨ ਕੇ ਭਾਗਨੇ ਕੀ ਕੋਸ਼ਿਸ਼ ਕੀ, ਔਰ ਉਸਕੇ ਬਾਅਦ ਪੁਲਿਸ ਪਾਰਟੀ ਨੇ ਉਸਕੋ ਚਾਰੋਂ ਤਰਫ ਸੇ ਘੇਰ ਕੇ ਕੋਮਿੰਗ ਕਰਕੇ ਉਸਕੋ ਆਤਮ ਸਮਰਪਣ ਕਰਾਨੇ ਕੀ ਕੋਸ਼ਿਸ਼ ਕੀ, ਜਿਸਮੇ ਉਸਨੇ ਜਵਾਬੀ ਫਾਇਰਿੰਗ ਕੀਆ, ਔਰ ਆਤਮ ਰਕਸ਼ਾ ਮੇਂ ਪੁਲਿਸ ਨੇ ਜੋ ਗੋਲੀਆਂ ਚਲਾਈ ਉਸਮੇ ਉਹ ਘਾਇਲ ਹੁਆ ਹੈ। ਯੂਪੀ ਵਾਲੇ ਬੰਦੇ ਦਾ ਇਨਕਾਊਂਟਰ ਕਰਤਾ, ਆਪਣਾ ਰਾਮਪੁਰੇ ਜਾਣਾ ਸੇਫ ਰਹੂ, ਪੁਲਿਸ ਦਾ ਇਨਕਾਊਂਟਰ ਕਰਦੇ ਫਿਰਦੇ ਆ। ਉਹ ਯਾਰ ਮੈਂ ਤਾਂ ਕਹਿੰਦਾ ਆਪਾਂ ਲੁੱਕ ਲੁੱਕ ਕੇ ਕਿੰਨੇ ਦਿਨ ਬੈਠੇ ਰਹਾਂਗੇ। ਠੀਕ ਆ, ਆਪਣੇ ਕੋਲ ਤਾਂ ਅਸਲਾ ਵੀ ਮੁੱਕਣ ਵਾਲਾ ਹੈ। ਹਾਂ ਉਸਤਾਦ, ਜੇ ਉਹ ਸਰਕਾਰੀ ਕੁੱਤੇ ਸੂਹ ਲੈਂਦੇ ਆ ਗਏ ਤਾਂ ਫਿਰ ਕਿਵੇਂ ਰੋਕੂ ਉਹਨਾਂ ਨੂੰ? ਉਸਤਾਦ ਆਪਣਾ ਦਿਨੇ ਜਾਣਾ ਠੀਕ ਰਹੇਗਾ, ਮੈਂ ਤਾਂ ਕਹਿੰਦਾ ਰਾਤ ਨੂੰ ਚੱਲਦੇ ਆ। ਉਹ ਯਾਰ ਹੁਣ ਕੀ ਦਿਨ ਤੇ ਕੀ ਰਾਤ, ਉਹ ਸਾਲਾ ਮੰਤਰੀ ਹੈ ਨਾ, ਉਹ ਤਾਂ ਪੈਰ ਛੱਡ ਗਿਆ, ਹੁਣ ਆਪਾਂ ਨੂੰ ਆਪਣੇ ਪੈਰਾਂ ਤੇ ਖੜਾ ਹੋਣਾ ਪੈਣਾ। ਠੀਕ, ਚਲੋ ਉਸਤਾਦ ਬਹਿੰਦੇ ਗੱਡੀ 'ਚ ਫਿਰ। ਨਿਕਲ ਰਾਜਾ, ਹੁਣ ਤੇਰਾ ਟਾਈਮ ਖਤਮ ਹੋ ਚੁੱਕਿਆ, ਹੁਣ ਤੂੰ ਪੁਲਿਸ ਤੋਂ ਬਚ ਕੇ ਨਹੀਂ ਜਾ ਸਕਦਾ, ਬਾਹਰ ਨਿਕਲ। ਕਿਉਂ ਫਿਲਮ ਵਾਲੀ ਫੀਲ ਲੈ ਰਿਹਾ ਤੂੰ? ਪਿਸਟਲ ਥੱਲੇ ਕਰ ਲੈ ਰਾਜਾ, ਬਹੁਤੀ ਡਾਇਲੋਗ ਬਾਜੀ ਨਾ ਕਰ, ਸਾਰੇ ਜਣੇ ਹੱਥ ਉੱਪਰ ਕਰ ਲਓ। ਸਰ ਇੱਥੇ ਸਾਰੇ ਦੇਖੀ ਜਾਂਦੇ ਹੈਗੇ, ਆਪਾਂ ਕਿਸੇ ਸੁਣੀ ਥਾਂ 'ਤੇ ਲੈ ਕੇ ਚੱਲਦੇ ਹਾਂ ਇਹਨਾਂ ਨੂੰ। ਇੱਧਰ ਕਿਹੜੀ ਜੇਲ੍ਹ ਹੈ ਜਨਾਬ? ਉਹ ਤੇਰੇ ਵਰਗੇ ਪਾਪੀਆਂ ਨੂੰ ਜੇਲ੍ਹ ਨਹੀਂ, ਸਿੱਧਾ ਰੱਬ ਤੋਂ ਬੁਲਾਵਾ ਆਉਂਦਾ, ਚੁੱਪ ਕਰਕੇ ਚੱਲਦਾ ਰਾ।
बड़ी नफरत पाली बैठा भाई। की गल है, तू मेरा रिश्तेदार ला दे तेरे नाल मैं मोह पावा। जनाब कदे वरत के वेख्यो, साडे काम माड़े हो सकदे है पर असी बंदे नहीं माड़े। ओ चुप करके चलदा रह, नहीं तो चंगे माड़े दा हिसाब इत्थे ही कर दूं। भाई कल तक तो यह पुलिस गए आपां नूं सलूट मारदे सी ते अज ये ठोकन नूं फिरदे आ, कौन हो सकदा इहदे पिछे। मुबारक हो, एक बार फिर तुहाडी सरकार बन गई आ। मुबारक हो जाए, तेरी सपोर्ट तो मेरा थोड़ा औखा हो जाना सी। मंत्री साहब हुण मैं अपना काम तो पक्का ही समझा। केड़ा काम? ओहो ही अपना छोटा जा काम, दारू की फैक्ट्री दे लाइसेंस वाला काम। ओ अच्छा अच्छा, देखदा मैं चल जे हुंदा तां। मंत्री साहब कदों तक ये गैर कानूनी तरीके नाल दारू बेचते रहेंगे? जे साडा आप दा मार्का होएगा तो मार्केट दे विच दारू खुल के बेच सकते हैं। देख राजा, इहो जिहे कम्मां वास्ते बड़े लोगों की परमिशन लेनी पैंदी है। मैं कोशिश कर सकदा जे तू जेब हौली करे। जेब हौली? तुहानू वोटां दे विच जिताउण वास्ते, लोगों नू डराउण धमकाउण वास्ते पैसा लाता कि चल जित तो बाद फिर घाटा पूरा कर लेंगे। जेब में पैसे है नहीं तो सुपने लैना फैक्ट्रियां खोलन दे, तेरे वर्गे बथेरे तुरे फिरते हैं। जे मैं यहोजे निके मोटे आसाना से फैक्ट्रियां खोल के देन लग गया, साड़ी तो होगी कमाई। पैसे तो मेरे को पहला भी है नहीं सी, उदों तो बड़ा आया तू हाथ जोड़ के कहता मैनू वोटां दे विच जिता दे ते जो कहेगा ओहे काम कर दूं। तू बोल के मेरे आवे, तू ये ना भुल जे मैं ना हुंदा ना तू किसे नाली च पिया हुंदा। आ जिहड़ा तू गैंगस्टर बनया फिरदा ना ये मेरे सिर ते आ काका। तां ठीक है फिर चलते हैं, असं वोटा भी आ जानिया तो टाइम भी आ जूगा, देखा आप। वग जा तेरे के गैंगस्टर ना पजामे जेब चलता मैं। ओ भाई की सोचन लग गया, ये साला मंत्री है ना। हाँ ये वेर कट रहा है, एक साला वरत के छड़ गया। ये साले पुलिसिये भी है ना। राजा खुद नूं पुलिस दे हवाले कर दे, मैं नहीं चाहुंदा किसे दा खून बहे। होर साल्या मैनू केड़ा तू इत्थे मोरना ते दिखाउण नूं लिया सी, मारना ही सी ना। नहीं भाई असीं पिक मंगाउणा चाहुंदे सी तां असीं इत्थे लुकण लई आए सी। सरेंडर तां मैं कर दिंदा पर तुसीं तां मैनू आप ही मारन नूं फिरदे हो। मैं नहीं चाहुंदा किसे पुलिस वाले दा खून बहे। बाहर आ जा वीरे। जे इदां ही चाहुंदा आ तां हत्थ उपर नूं करके बाहर नूं आ जा। सर हुण किवें करगे? मैं तो सिर्फ राजा नूं मार के बाकियों नूं अरैसट करना चाहुंदा सी पर हुण अपने कोई ऑप्शन है नहीं, आपां नूं बाहर ही निकलना पऊ। चलो मुबारकां सर, हुण प्रमोशन पक्की आ। हाँ यार प्रमोशन तो हो गई पर एक गल समझ नहीं आई सर मैनूं, तुसीं अरैसट कदों करना चाहुंदे सी राज तों बगैर कड़े दो बंदे सी ओह। यार राजा तो बगैर दो बंदे नूं अरैसट इसलिए करके करना चाहुंदा सी कि यार जो बंदे राजा वर्गे हुंदे आ ना ये कोई कुखों पैदा नहीं हुंदे, आ जिहड़े नेता हुंदे आ जां वड्डे बिजनेसमैन हुंदे आ ना यार ये उन्हां नूं पैदा करदे आ। मैं दोनों नूं फड़ के ना उस बंदे दा पता निकलवाना चाहुंदा सी जिन्हें इन्हां नूं पैदा कीता यार, पर अफसोस कि उह हुण सुपना सुपना ही रह गया।